ਆ ਚੈੱਕ ਕਰਾਓ ਯਾਰ ਕੀ ਹੈ ਆ ਦੇਖਿਓ ਯਾਰ ਕੀ ਹੈ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਯੰਮੀ ਵਾਈਟ ਰਵੀ ਦਾ ਸਟ੍ਰੋਂਗ ਨੂਡਲ ਖਾਣ ਆਏ ਸੀ ਆਪਣੇ ਬ੍ਰਦਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਕੋਈ ਨੂਡਲ ਦੇ ਦੋ ਸਪੂਨ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਕਿਹਾ ਸਟਾਫ ਉਹ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਹੈ ਨਹੀਂ ਗੇ ਕਹਿੰਦੇ ਓਨਰ ਹੈ ਨਹੀਂ ਅੱਛਾ ਜੀ ਤੇ ਹੁਣ ਤਾਂ ਤੁਹਾਡੀ ਦੁਬਾਰਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਤੁਹਾਡਾ ਨਾਲ ਉਹਨਾਂ ਨੇ ਅੰਦਰ ਕੋਈ ਉਹ ਰੱਖਿਆ ਆਪਣਾ ਹਾਂਜੀ ਬਾਊਂਸਰ ਉਹਨੇ ਚੱਕ ਕੇ ਬਾਹਰ ਕੱਢ ਦਿੱਤਾ ਕਹਿੰਦੇ ਬਾਹਰ ਜਾਓ ਜੀ ਮਤਲਬ ਕਿ ਤੁਹਾਡਾ ਨਾਲ ਬਾਤ ਲੁਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੈ ਹੁਣ ਮੈਂ ਕਰਨ ਲੱਗਾ ਹਾਂਜੀ ਕਰੋ ਫੋਨ ਮੈਂ ਤਾਂ ਹਾਰ ਕੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾਂ ਪਲੂਟਾਂ ਸਭ ਚੁਕਾਤੀਆਂ ਆਪਣੇ ਬੰਦਿਆਂ ਨੂੰ ਦਬਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਨਹੀਂ ਸਰ ਕਾਫੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਇਹ ਜਿਹੜਾ ਬਾਊਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਤਾਂ ਧੱਕੇ ਮਾਰ ਰਹੇ ਸੀ ਉਹ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮਹੀਨਾ ਹੋ ਰਿਹਾ ਅੰਦਰ ਜੇ 100 ਬੰਦਾ ਬੈਠਾ ਤਾਂ 100 ਨਾ ਵੀ ਹੋ ਸਕਦਾ ਇਹ ਚੀਜ਼ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮਹੀਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਜੀ ਸਰ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਜੇ ਬਿਮਾਰ ਹੁੰਦਾ ਤਾਂ ਉਹ ਕੌਣ ਜ਼ਿੰਮੇਵਾਰ ਹੈਗਾ ਯੰਮੀ ਬਾਈਟ ਜ਼ਿੰਮੇਵਾਰੀ ਚੱਕਦਾ ਇੰਨੇ ਬੰਦਿਆਂ ਦੀ ਅਤੇ ਇਹਨਾਂ ਦੇ ਜਿਹੜੇ ਸ਼ੈੱਫ ਆ ਬਣਾਉਂਦੇ ਉਹ ਬਣਾਉਣ ਲੱਗੇ ਦੇਖਦੇ ਨਹੀਂ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਸਰ ਕੀ ਹੋਇਆ ਕੀ ਐਕਚੁਅਲੀ ਦੱਸੋ ਸਰ ਅਸੀਂ ਆਰਡਰ ਕੀਤੇ ਸੀ ਨੂਡਲਸ ਅਤੇ ਨੂਡਲਸ ਤੋਂ ਜ਼ਿਆਦਾ ਅਸੀਂ ਖਾਣਾ ਸ਼ੁਰੂ ਕੀਤਾ ਖਾ ਕੇ ਕਿਹਾ ਕਿ ਵੀ ਸੁੰਡੀ ਹੈ ਚੱਕ ਕੇ ਪਲੇਟ ਅੰਦਰ ਲੈ ਗਏ ਅਤੇ ਉਸ ਤੋਂ ਬਾਅਦ ਬਸ ਮਣੀ ਕਹਿੰਦੇ ਨਹੀਂ ਸੁੰਡੀ ਸਰ ਇੱਕ ਸੀਗੀ ਕਾਫੀ ਸੀ ਸਰ ਇੱਕ ਦੋ ਸੀਗੀ ਅੱਛਾ ਇੱਕ ਦੋ ਸੀਗੀਆਂ ਅੱਛਾ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਸਟਾਫ ਨੂੰ ਕੰਪਲੇਂਟ ਕੀਤੀ ਉਹਨਾਂ ਵੱਲੋਂ ਕੀ ਗੱਲ ਕਹੀ ਉਹ ਕਹਿੰਦੇ ਕੋਈ ਤੁਸੀਂ ਬਾਹਰ ਦਾ ਕੀ ਗੱਲ ਕਰੋ ਕਹਿੰਦੇ ਬਾਹਰ ਆ ਜਾਓ ਅੱਛਾ ਹਾਂਜੀ ਇਹ ਮਾਹੌਲ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬਾਊਂਸਰਾਂ ਵੱਲੋਂ ਧੱਕੇ ਵਗੈਰਾ ਵੀ ਮਾਰੇ ਗਏ ਆ ਨਹੀਂ ਭਾਅ ਜੀ ਰੈਸਟੋਰੈਂਟ ਤਾਂ ਹੈ ਇੱਥੇ ਫੈਮਲੀਜ਼ ਆਉਂਦੀਆਂ ਇੱਥੇ ਬਾਊਂਸਰ ਦਾ ਕੀ ਕੰਮ ਹੈ ਮੈਂ ਉਹ ਇਹ